ਸੋ ਅੱਜ ਮੈਂ ਆਇਆ ਇੱਥੇ ਰੁਕਣਾ ਬੇਗੋ ਔਰ ਗੁਰਜੀਤ ਬਾਈ ਨੂੰ ਮਿਲਣ ਵਾਸਤੇ ਅਤੇ ਬੜਾ ਸਤਿ ਸ਼੍ਰੀ ਅਕਾਲ ਜੀ ਬਾਈ ਤੂੰ ਕਾਰਾਂ ਵਾਲਾ ਕਰਤਾ ਮੈਨੂੰ ਹੈ ਹਾਂ ਤੂੰ ਮੈਨੂੰ ਕਬੱਡੀ 'ਚ ਲੈ ਕੇ ਆਇਆ ਬਾਈ ਜੇ ਤੂੰ ਮੈਨੂੰ ਨਾ ਮਿਲਦਾ ਤਾਂ ਆਪਾਂ ਨੂੰ ਕੱਖ ਨਹੀਂ ਸੀ ਬਾਈ ਬਣਨਾ ਇਹ ਜਿਹੜੀ ਕਾਰ ਆ ਇਹ ਬਾਈ ਦੀ ਕਿਰਪਾ ਨਾਲ ਮੈਨੂੰ ਪ੍ਰਾਪਤ ਹੋਈ ਮੈਨੂੰ ਗਰੀਬੀ ਦਾਅਵੇ 'ਚੋਂ ਬਾਈ ਨੇ ਚੱਕਿਆ ਉਦੋਂ ਮੈਨੂੰ ਹਾਂਜੀ ਖੁਸ਼ੀ ਫੁੱਲ ਉਹ ਚਾਰੇ ਹੁਣ ਆਪਾਂ ਨੂੰ ਕਰਮ ਵਾਲਾ ਨੇ ਟਰੈਕਟਰ ਦੇਤਾ ਇਹੋ ਜਿਹੇ ਭਰਾਵਾਂ ਦੇ ਹੁਣ ਵਧੀਆ ਕੰਮ ਉਹਦਾ ਖਾਲ ਦਾ ਸਮਾਨ ਲਿਆ ਕੇ ਦੇਣਾ ਗਰੀਬ ਆ ਚਾਰੇ ਬੰਦੇ ਘਰੋਂ ਉਹਨਾਂ ਦਾ ਤਾਂ ਲਿਆ ਦਿੰਦਾ ਭਰਾਵਾ ਹੋਰ ਹੁਣ ਸਿਹਤ 'ਚ ਫਰਕ ਪੈ ਗਿਆ ਠੀਕ ਆ ਭਰਾਵਾਂ ਦੇ ਨਾਲ ਸਿਹਤ ਬਣ ਗਈ ਅੱਗੇ ਨਾਲੋਂ ਉਹ ਯਾਰ ਸੰਦੀਪ ਦਾ ਬੜਾ ਮਾੜਾ ਹੋਇਆ ਤਾਂ ਲਈ ਚਲੋ ਠੀਕ ਆ ਆਪਾਂ ਜਿਵੇਂ ਮਰਜ਼ੀ ਆਪਾਂ ਗੱਲ ਕਰਦੇ ਹਾਂ ਉਹ ਤਾਂ ਠੀਕ ਆ ਬਸ ਜਿਹੜੀ ਮੇਨ ਗੱਲ ਇਹ ਆ ਵੀ ਜਵਾਕਾਂ ਦਾ ਉਹਨਾਂ ਦਾ ਨਾ ਮਾੜਾ ਹੋਇਆ ਕੰਮ ਜਿੱਥੇ ਤੱਕ ਵਿਚਾਰੇ ਨਿੱਕੇ ਨਿੱਕੇ ਆ ਇਹ ਟਰੈਕਟਰ ਜਿਹੜਾ ਆਪਾਂ ਨੂੰ ਮਿਲਿਆ ਇਹ ਜਿਹੜੇ ਬਾਈ ਜਿਨ੍ਹਾਂ ਨੇ ਸਨਮਾਨਿਤ ਕੀਤਾ ਮੈਨੂੰ ਇਹਦੇ ਨਾਲ ਵੀ ਹੋਈ ਸੀ ਗੱਲ ਬੜੇ ਤੇਰੇ ਫੈਨ ਨੇ ਤੇ ਜੇ ਤੂੰ ਬਾਈ ਉਦੋਂ ਨਿਮਰਤਾ ਨਾਲ ਚੱਲਿਆ ਜਦੋਂ ਚੜ੍ਹਤ ਸੀਗੀ ਹਨਾ ਉਹਦਾ ਮੁੱਲ ਹੁਣ ਆਪਾਂ ਨੂੰ ਹੁਣ ਮਿਲ ਰਿਹਾ ਜਿਵੇਂ ਆਪਾਂ ਡਾਵਾਂ ਡੋਲ ਹੋਏ ਉਹੀ ਮੈਂ ਕਬੱਡੀ 'ਚ ਖੇਡ ਕੇ ਉਹਨਾਂ ਸ਼ਾਇਦ ਨਹੀਂ ਇੱਜ਼ਤ ਮਾਣ ਮਿਲਿਆ ਜਿੰਨਾ ਹੁਣ ਮਿਲਿਆ ਯਾਰ ਚਲ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਆਪਣਾ ਇੰਨਾ ਮਾਣ ਸਨਮਾਨ ਕੀਤਾ ਹਨਾ ਕਿਵੇਂ ਤੁਸੀਂ ਕਿਹਾ ਵੀ ਕਬੱਡੀ ਜਿਵੇਂ ਖੇਡ ਕੇ ਕੀ ਤੁਸੀਂ ਕਹਿ ਰਹੇ ਸੀ ਵੀ ਉਦੋਂ ਆਪਾਂ ਮਾਣ ਸਨਮਾਨ ਇੱਜ਼ਤ ਲਾ ਲਾ ਵੀ ਇੰਨੀ ਨਹੀਂ ਪ੍ਰਾਪਤ ਹੋਈ ਅਤੇ ਹੁਣ ਜਿੰਨਾ ਕੁ ਲੋਕਾਂ ਨੇ ਪਿਆਰ ਮਾਣ ਸਨਮਾਨ ਦਿੱਤਾ ਵੀ ਯਾਨੀ ਕਿ ਜੇ ਆਪਾਂ ਖੇਡੇ ਹਾਂ ਨਾ ਅਤੇ ਵਧੀਆ ਆਪਦੇ ਇੱਜ਼ਤ ਨੀਤ ਨਾਲ ਖੇਡੇ ਹਾਂ ਸਾਫ਼ ਖੇਡੇ ਹਾਂ ਉਹਦਾ ਯਾਨੀ ਕਿ ਹੁਣ ਆਦਰ ਮਾਣ ਸਤਿਕਾਰ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਦਿੱਤਾ ਜਿੰਨਾ ਮੈਨੂੰ ਆਸ ਉਮੀਦ ਹੈ ਉਦੋਂ ਵੀ ਜ਼ਿਆਦਾ ਹੈ ਮੇਰੇ 'ਚ ਮੈਂ ਹੁਣ ਤਾਂ ਬਈ ਤੂੰ ਉਦਾਹਰਨ ਬਣ ਗਿਆ ਯਾਰ ਅੱਜ ਮੈਂ ਤੇਰੀ ਸਿਹਤ ਵੇਖ ਰਿਹਾ ਆ ਤੇਰਾ ਚਿਹਰਾ ਹਾਂ ਵੇਖੋ ਪੂਰਾ ਸੈੱਟ ਹੈ ਅਤੇ ਬਾਈ ਦੀ ਮੁੜ ਗਿਆ ਜਿਹੜਾ ਸਾਨੂੰ ਡਰ ਸੀ ਨਾ ਜਿਹੜਾ ਜਿਹੜੇ ਹੁੰਦਾ ਬਾਈ ਡਰ ਹਨਾ ਭਰੋਸਾ ਕਰਨਾ ਔਖਾ ਭਰੋਸਾ ਕੀ ਮੈਂ ਆਉਣਾ ਜਾਂ ਸਾਰੀ ਜ਼ਿੰਦਗੀ ਨਾ ਜਾਣੀ ਹੁਣ ਤਾਂ ਵੀਰੇ ਮੇਰੇ ਲੋਕਾਂ ਨੂੰ ਭਰੋਸਾ ਦਿਵਾਉਣਾ ਬਹੁਤ ਔਖਾ ਇਹ ਚੀਜ਼ਾਂ 'ਚ ਨਾ ਅਤੇ ਮੈਂ ਤਾਂ ਨਾ ਵੀ ਚਲੋ ਠੀਕ ਆ ਗੱਲਾਂ ਕਰਨੀਆਂ ਕਹਾਉਣੀਆਂ ਬਹੁਤ ਹੁੰਦੀਆਂ ਨਾ ਬੰਦਾ ਜਦੋਂ ਆਪ ਆ ਕੇ ਮਿਲਦਾ ਨਾ ਉਹਨੂੰ ਫਿਰ ਬਾਹਲਾ ਪਤਾ ਲੱਗਦਾ ਜਿਹੜਾ ਊਂ ਆਪਾਂ ਸੁਣ ਸੁਣਾ ਕੇ ਕਿਸੇ ਤੋਂ ਗੱਲਾਂ ਕਰਦੇ ਹਾਂ ਹੁਣ ਤੂੰ ਇੱਦਾਂ ਵੀ ਆਪਣੀਆਂ ਗੱਲਾਂ ਹੁੰਦੀਆਂ ਤੂੰ ਕੀ ਕਹੋ ਕਹਿੰਦਾ ਹੁੰਦਾ ਐਂ ਜੋ ਜੋ ਤੂੰ ਆ ਕੇ ਮਿਲਿਆ ਉਹ ਚੀਜ਼ ਨੂੰ ਵੱਖਰੀ ਜਿਹੜੀ ਅੱਖਾਂ ਦੇ ਸਾਹਮਣੇ ਚੀਜ਼ ਵੇਖਣੀ ਨਾ ਉਹ ਚੀਜ਼ ਹੋਰ ਹੁੰਦੀ ਹੈ ਸੁਣ ਕੇ ਤਾਂ ਤੈਨੂੰ ਪਤਾ ਹੀ ਅੱਜ ਕੱਲ੍ਹ ਕੀ ਹੁੰਦਾ ਕੀ ਨਹੀਂ ਹੁੰਦਾ ਜਿਵੇਂ ਹੁਣ ਆਹ ਝਾੜੂ ਵਾਲਿਆਂ ਨੇ ਸਫਾਈ ਕਰਤਾ ਵਿਚਾਰਿਆਂ ਨੇ ਸਾਰੀਆਂ ਸਰਕਾਰਾਂ ਦਾ ਕਿ ਨਹੀਂ ਐਂ ਹੋ ਜਾਂਦਾ ਆਹ ਕੀ ਬਚ ਗਿਆ ਇੱਥੇ ਇਹ ਯਾਰ ਪਹਿਲਾਂ ਦਾ ਪੁਰਾਣਾ ਜ਼ਖਮ ਸੀਗਾ ਉਹ ਤੋਂ ਨਹੀਂ ਉਹ ਤਾਂ ਪਹਿਲਾਂ ਖੇਡਦਾ ਨਾ ਉਹੀ ਹੈ ਉਹਨੇ ਬਣਿਆ ਸੀ ਬਹੁਤ ਇਹੋ ਜਿਹੇ ਭੈਣ ਦੇ ਜ਼ਖਮ ਥੋੜ੍ਹੇ ਜਿਹੇ ਖੇਡੇ ਆ ਆਹ ਲੈ ਲੈ ਗਿੱਟਾਂ ਗੋਡਾਂ ਲੱਤਾਂ ਦੇ ਲੈ ਕੋਈ ਹੈਗਾ ਨਿਸ਼ਾਨ ਹੀ ਨਿਸ਼ਾਨ ਭਰਿਆ ਪਿਆ ਯਾਰ ਖੇਡਦਾ ਤੂੰ ਆਖਰੀ ਟੂਰ ਤੋਂ ਬਾਈ ਕਦੋਂ ਲੱਗਿਆ ਇਸ ਤਰ੍ਹਾਂ ਆਖਰੀ ਬਾਹਰ ਦਾ 12 ਚ 12 ਚ ਲਾਸਟ ਇੰਗਲੈਂਡ ਦਾ ਹਾਂ ਉਦੋਂ ਲੱਗਿਆ ਸੀ ਆਪਾਂ ਖੇਡੇ ਸੀ ਬਾਹਰ ਚ ਉਦੋਂ ਬਾਅਦ ਟਰਾਈ ਨਹੀਂ ਮਾਰੀ ਬਾਹਰ ਦੀ ਕਿਤੇ ਵੀ ਐਵੇਂ ਕਿਹਾ ਜੀ ਹੁਣ ਮਹਾਰਾਜ ਦੀ ਕਿਰਪਾ ਹੈਗੀ ਹੁਣ ਕਰ ਰਿਹਾ ਦੋ ਬੰਦੇ ਸਪੋਰਟ ਮੈਨੂੰ ਬੜੇ ਫੋਨ ਕਰਦੇ ਵੀ ਗੱਜੀ ਤੋਂ ਦੁਬਾਰਾ ਖੇਡਣਾ ਤੇ ਮੈਨੂੰ ਕਰੀਬੀ ਪਹਿਲਵਾਨ ਨੇ ਕਿਹਾ ਤੇ ਕਹਿੰਦਾ ਵੀ ਬੰਦਾ ਦੁਬਾਰਾ ਖੇਡੂਗਾ ਤੇ ਮੈਂ ਚਾਹੁੰਦਾ ਸਾਰੇ ਤੇਰੀਆਂ ਦੁਆਵਾਂ ਨਾਲ ਤੂੰ 1-2 ਸਾਲ ਤੇ ਯਾਰ ਬਾਈ ਜਿਨ੍ਹਾਂ ਨੇ ਤੈਨੂੰ ਵੇਖਿਆ ਨਹੀਂ ਬਸ ਆਹੀ ਯਾਰ ਜਿਹਨਾਂ ਨੇ ਵੇਖਿਆ ਨਹੀਂ ਵਿਚਾਰੇ ਉਹ ਨੱਟਾਂ ਤੇ ਵੇਖ ਕੇ ਜ਼ਿਆਦਾ ਫੈਨ ਹੋਏ ਪਏ ਉਹਨੇ ਫਲੀਅਰ ਤੋਂ ਵੇਖਿਆ ਹੋਏ ਬਾਈ ਫਿਰ ਮੈਨੂੰ ਕਰਨੀ ਚਾਹੀਦੀ ਸ਼ੁਰੂਆਤ ਮਾੜਾ ਖੇਡ ਲਾਂਗੇ ਫਿਰੋਜ਼ਪੁਰ ਅਸੀਂ ਜੱਸੀ ਲੋਕਾ ਫਿਲਮ ਕਰੀ ਜਾਂਦੇ ਹਾਂ ਅਸੀਂ ਪਤੰਗ ਹਾਂ ਇੱਥੇ ਸ਼ੂਟ ਤੇ ਉਹ ਮੈਨੂੰ ਕਹਿੰਦਾ ਮਿਲ ਕੇ ਜਾ ਮੇਰੇ ਨਾਲ ਕਰ ਰਿਹਾ ਇੱਕ ਵਰਕਆਊਟ ਕਿਉਂਕਿ ਬਾਈ ਉਹਨੇ ਵੀ ਮੇਰੀ ਬਹੁਤ ਸਪੋਰਟ ਕੀਤੀ ਫਿਲਮਾਂ ਲੈਣਾ ਚ ਉਹਨੇ ਵੀ ਜਿਹਨੇ ਇੱਜ਼ਤ ਕੀਤੀ ਆ ਮਾਣ ਸਨਮਾਨ ਕੀਤਾ ਮੈਂ ਕਹਿੰਦਾ ਹੱਕ ਬੰਦਾ ਨੂੰ ਮਿਲਣਾ ਚਾਹੀਦਾ ਹੈ ਨਾ ਚੰਗਾ ਇੱਕ ਉਹਨਾਂ ਸਾਡਾ ਰੋਹਨ ਪ੍ਰੀਤ ਮੁੰਡਾ ਨੇਹਾ ਕੱਕੜ ਨਾਲ ਸ਼ਾਦੀ ਹੋ ਗਈ ਇਹ ਉਦੋਂ ਉਹਦੇ ਤੇ ਮੈਂ ਬੂਟ ਪਾਟ ਚੱਕ ਲਿਆਉਂਦਾ ਹੁੰਦਾ ਸੀਗਾ 20-20 ਹਜ਼ਾਰ ਦੇ ਵੀ ਆਪਾਂ ਕਿੱਥੇ ਪਾ ਸਕਦੇ ਇੱਕ ਹੋਰ ਹੈ ਨਾ ਉਹ ਬੂਟ ਦਾ ਚੱਕ ਆਪਾਂ ਕਦੋਂ ਕਿਸੇ ਦੇ ਚੀਜ਼ ਮੰਨ ਲਾ ਮਗਰ ਤੁਰੇ ਫਿਰਦੇ ਹਾਂ ਨਾ ਤੂੰ ਚੀਜ਼ ਵੀ ਚੱਕਦੇ ਹਾਂ ਕਿਸੇ ਦਿਨ ਨੂੰ ਪਰਮਾਤਮਾ ਇਹੋ ਜਿਹਾ ਰੰਗ ਵਿਖਾਉਂਦਾ ਜੇ ਬੰਦਾ ਆਪਦਾ ਨੀਂਦ ਸਹੀ ਰੱਖ ਤੁਰਿਆ ਉਸ ਮੁਕਾਮ 'ਤੇ ਤੈਨੂੰ ਠਾਲ ਦਿੰਦਾ ਕਿਤੇ ਠੀਕ ਹੈ ਨਾ
ਤਾਂ ਕਰਕੇ ਆ ਵੀ ਆਪ ਵੀ ਉਦੋਂ ਮੈਂ ਉਹਨਾਂ ਨੇ ਬਈ ਮੈਨੂੰ ਰੱਖਿਆ ਸੀਗਾ ਚੰਡੀਗੜ੍ਹ ਤੇ ਆਹ ਇੱਕ ਦਿਨ ਕੀ ਹੋਇਆ ਨਾ ਵੀ ਮੈਂ ਤੇ ਜੱਸੀ ਲੋਕਾ ਮੈਂ ਕਿਰਾਇਆ ਨਾ ਤੇ ਮੈਂ ਤੁਰ ਕੇ ਆਇਆ ਬਈ 3B2 ਤੋਂ 91 ਚ ਉਹਨੇ ਮੇਰੀ ਆ ਕੇ ਜੇਬ 'ਚ 5000 ਰੁਪਇਆ ਪਾ ਦਿੱਤਾ ਕਹਿੰਦਾ ਆ ਫੜ ਤੂੰ ਕਾਰ 'ਤੇ ਆਇਆ ਕਹਿੰਦਾ ਊਬਾ ਊਬਾ 'ਤੇ ਉਹਦੇ ਕੱਪੜੇ ਬਾਈ ਮੈਂ ਪਾਉਂਦਾ ਰਿਹਾ ਉਹਦੇ ਜੱਟ ਦੀ ਚੜ੍ਹਤ ਬੜੀ ਹੁੰਦੀ ਸੀ ਹੁਣ ਹੁਣ ਉਦੋਂ ਜ਼ਿਆਦਾ ਹੋ ਗਈ ਅਤੇ ਜਿਹੜੇ ਉਹਦੇ ਨਾਲ ਬੰਦੇ ਰਹੇ ਹੈ ਨਾ ਮੈਨੂੰ ਲੋਕਾਂ ਨੂੰ ਇਹ ਵੀ ਕਿਹਾ ਵੀ ਜੱਸੀ ਨਾਲ ਬਣਨੋਂ ਹਟ ਗਈ ਜਦੋਂ ਸਟਾਰਟ ਹੋ ਗਈ ਫਿਲਮ ਤਾਂ ਮੈਨੂੰ ਅੱਜ ਫੋਨ ਕਰਦਾ ਕਹਿੰਦਾ ਵੀ ਆ ਜਾ ਇੱਕ ਫਿਲਮ ਜਿਵੇਂ ਅੱਗੇ ਆਪਣੇ ਵੀ ਕਰਦੇ ਆ ਇਹ ਤਾਂ ਮੈਂ ਤੈਨੂੰ ਹੁਣ ਮੈਂ ਤੈਨੂੰ ਕੀ ਕਹਿ ਕੇ ਹਟਾਂ ਵੀ ਫੋਨ 'ਤੇ ਸੁਣ ਕੇ ਗੱਲਾਂ ਕਰਨੀਆਂ ਕਰਨੀਆਂ ਉਹ ਸੌਖੀਆਂ ਕਹਿਣਾ ਸੌਖਾ ਜਿਹੜਾ ਬੰਦਾ ਅਸਲੀਅਤ ਮਿਲਦਾ ਨਾ ਆ ਕੇ ਫਿਰ ਪਤਾ ਲੱਗਦਾ ਗੱਲਾਂ ਬਾਤਾਂ ਨਾਲ ਠੀਕ ਹੈ ਨਾ ਏਡੀ ਨਹੀਂ ਟੈਨਸ਼ਨ ਹੁੰਦੀ ਆ ਹੋਰ ਦੱਸੋ ਕੋਈ ਸੇਵਾ ਤੁਹਾਡੀ ਕਰੀਏ ਬਾਬਾ ਤੇਰੇ ਗੱਲਾਂ ਕਰ ਲਾ ਸਾਡੇ ਨਾਲ ਅਤੇ ਅੱਜ ਤੇਰਾ ਬਲੌਗ ਬਣਾ ਰਹੇ ਹਾਂ ਤੈਨੂੰ ਬਿਨਾਂ ਦੱਸੇ ਆ ਗਏ ਆਪਾਂ ਉੱਧਰ ਨੂੰ ਚੱਲਦੇ ਹਾਂ ਬਈ ਥੋੜ੍ਹਾ ਜਿਹਾ ਨਾਲੇ ਘਰ ਬਾਰ ਦੇਖਦੇ ਹਾਂ ਨਾ ਇੱਦਾਂ ਦਾ ਅੱਛਾ ਅੱਛਾ ਗੁਰਜੀਤ ਬਾਈ ਜਦੋਂ ਤੁਸੀਂ ਸ਼ੁਰੂਆਤ ਸੀ ਮੈਨੂੰ ਬੇਸਿਕਲੀ ਸਾਰਾ ਹੀ ਪਤਾ ਹਾਂ ਮੈਂ ਤੇਰੇ ਨਾਲ ਬਹੁਤ ਰਿਹਾ ਬਾਈ ਜਿਹੜੀ ਐਸ਼ ਕਰਾਈ ਨਾ ਯਾਰ ਤੂੰ ਸਕਾਰਪੀਓ ਵਾਲੀ ਸਾਲੀ ਉਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਨੀ ਕਿ ਜਿੱਦਾਂ ਆਪਾਂ ਕਾਰ ਲਈ ਸਾਲੀ ਕਿਤੇ ਵਿਕ ਗਈ ਹੈ ਨਾ ਲੋਹਾ ਕਰਮ ਵਾਲਾ ਸੀ ਨਾ ਬਾਈ ਉਹਦੇ ਉਹ ਗੱਲ ਦੱਸੋ ਮਾੜੀ ਵਿਸਥਾਰ ਦੇ ਨਾਲ ਗੱਡੀ ਵਧੀਆ ਸੀ ਉਹ ਨਾ ਬਸ ਬੰਦੇ ਜਿਹੜੇ ਨਾਲ ਉਹੋ ਜਿਹੇ ਉਹਨਾਂ ਨੇ ਚੱਕ ਚਕਾ ਕੇ ਵਿਕਾ ਦਿੱਤੀ ਗੱਡੀ ਬਹੁਤ ਕਰਮ ਵਾਲੀ ਸੀ ਐਵੇਂ ਕਹਿ ਦਈਏ ਜਿੱਥੇ ਲਾ ਦਿੰਦੇ ਮੈਚ ਤੇ ਲੋਕੀ ਇਹ ਕਹਿੰਦੇ ਲੈ ਆ ਗਈ ਕਾਲੀ ਯਾਰ ਤੂੰ ਧਾਣੇ ਦੀ ਆ ਗਈ ਬਸ ਉੱਥੇ ਫਾਈਨਲ ਹੀ ਹੁੰਦਾ ਜੀ ਆਪਣਾ ਮਹਾਰਾਜ ਦੀ ਕਿਰਪਾ ਨਾ ਅਤੇ ਬਾਕੀ ਦੂਜਾ ਜਦੋਂ ਦੀ ਉਹ ਗੱਡੀ ਗਈ ਇੱਕ ਕੁੱਤੀ ਸੀ ਮੇਰੇ ਕੋਲ ਜਰਮਨ ਸ਼ੈਫਰਡ ਉਹ ਥਾਂ ਜਦ ਉਹਦਾ ਨਸੀਬ ਜਿਹਾ ਰੁੱਸ ਗਿਆ ਸਾਰਾ ਦੋਵੇਂ ਕਾਲੀਆਂ ਚੀਜ਼ਾਂ ਸੀ ਕਾਲੀਆਂ ਤੁਰ ਗਈਆਂ ਬਸ ਉਹ ਤੋਂ ਬਾਅਦ ਇੱਦਾਂ ਉਹ ਤਾਂ ਹੁਣ ਮੈਂ ਉਦੋਂ ਬੰਦੇ ਸਿਆਣੇ ਹੁੰਦੇ ਮੇਰੇ ਨਾਲ ਮੈਂ 50,000 ਰੁਪਏ ਉਹ ਗੱਡੀ 'ਤੇ ਹੀ ਲਾ ਆਉਂਦਾ ਲੱਖ ਹੀ ਲਾ ਆਉਂਦਾ ਮੈਨੂੰ 15-13-14 ਲੱਖ ਸਫਾਰੀ 'ਤੇ ਲਾਉਣ ਦੀ ਕੀ ਲੋੜ ਸੀ ਉਦੋਂ ਅਤੇ ਉਦੋਂ ਪਰ ਉਹੀ ਤਾਂ ਗੱਲ ਆ ਫਿਰ ਜਦੋਂ ਆਪਾਂ ਹੁਣ ਤੁਸੀਂ ਕੰਮ ਕਰੀ ਜਾਂਦੇ ਹੈ ਨਾ ਤੁਹਾਡੇ ਜਿਹੜੇ ਮਗਰ ਸਪੋਟਰ ਆ ਜੇ ਉਹ ਤੁਹਾਨੂੰ ਸਮਝਾਉਣ ਦੀ ਬਜਾਏ ਤੁਹਾਨੂੰ ਹੋਰ ਤਰੀਕੇ ਨਾਲ ਵਰਤੇ ਜਾਣਗੇ ਤੁਸੀਂ ਤਾਂ ਉਦੋਂ ਆਪਦੇ ਜੋਸ਼ 'ਚ ਹੁੰਦੇ ਆ ਹੈ ਨਾ ਤੁਹਾਨੂੰ ਇਹ ਹੁੰਦਾ ਯਾਰ ਸਾਰਾ ਮੈਂ ਜਵਾਨ ਜਿੱਤੀ ਬੈਠਾ ਹੈ ਨਾ ਹੁੰਦਾ ਵੀ ਹੈ ਜਦੋਂ ਬੰਦੇ ਜਵਾਨੀ ਚੜ੍ਹਤ ਹੁੰਦੀ ਆ ਉਹਨੂੰ ਇਹ ਲੱਗਦਾ ਵੀ ਮੇਰੇ ਵਰਗਾ ਕੋਈ ਨਹੀਂ ਭੈਣ 'ਚ ਮੈਂ ਤਾਂ ਆਹ ਦਿਨ ਤਾਂ ਹੀ ਹਾਂ ਬਸ ਆਈ ਰਹਿਣੇ ਉਹ ਜਦੋਂ ਜਿਵੇਂ ਢਲਦੀਆਂ ਜਵਾਨੀਆਂ ਚਾਹੇ ਸੱਟਾਂ ਪੇਟਾਂ ਲਾ ਲਾ ਚਾਹੇ ਹੋਰ ਲਾ ਲਾ ਮੁੜ ਕੇ ਹੌਲੀ ਹੌਲੀ ਬੰਦੇ ਨੂੰ ਅਹਿਸਾਸ ਹੋਣ ਲੱਗ ਜਾਂਦਾ ਬਾਕੀ ਫਿਰ ਮੈਂ ਤਾਂ ਦਿਲੋਂ ਉਹਨਾਂ ਦੀ ਅਰਦਾਸ ਕਰਦਾ ਉਹਨਾਂ ਬੰਦਿਆਂ ਵਾਸਤੇ ਭਰਾਵਾਂ ਵਾਸਤੇ ਜਿਨ੍ਹਾਂ ਨੇ ਆਪਣੀ ਬਾਹਰੋਂ ਹੈਲਪ ਕੀਤੀ ਆ ਅੱਜ ਵੀ ਹੈਗੇ ਆ ਮੁੰਡੇ ਮਨਦੀਪ ਮਣੀ ਹੋ ਗਿਆ ਅਤੇ ਰਣਜੀਤ ਮਾਜਰੀ ਜਿਹਨੇ ਆਪਣਾ ਹੁਣ ਮੋਟਰਸਾਈਕਲ ਦਿੱਤਾ ਉਹਨੇ ਗੱਲ ਚੱਲ ਪਈ ਵੀਰੇ ਨਾਲ ਇੱਕ ਮੈਂ ਕਿਹਾ ਵੀਰੇ ਧੰਨਵਾਦ ਹਾਂ ਯਾਰ ਧੰਨਵਾਦ ਕਹਦਾ ਵੀਰੇ ਅਸੀਂ ਤੁਹਾਡਾ ਕੋਈ ਪੁਰਾਣਾ ਲੇਖਾ ਦੇਣਾ ਸੀ ਉਹ ਦੇ ਰਹੇ ਹਾਂ ਹਾਂ ਵੀ ਪੁਰਾਣੇ ਨਾ ਜਨਮਾਂ ਦਾ ਕੋਈ ਅਸੀਂ ਉਹ ਕਰਜ਼ਾ ਤਾਰ ਰਹੇ ਹਾਂ ਤੁਹਾਡਾ ਅਤੇ ਨਹੀਂ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਰਣਜੀਤ ਮਾਜਰੀ ਕੌਣ ਆ ਵਿਚਾਰਾ ਕਿੱਥੇ ਆ ਹੈ ਨਾ ਅਤੇ ਮੋਟਰਸਾਈਕਲ ਬੋਲਦਾ ਹੁਣ ਵੀ ਹੈਲਪ ਨੂੰ ਵਿਚਾਰਾ ਖੜਾ ਜਦੋਂ ਵੀ ਕਹਿ ਦਈਏ ਇਹ ਚੀਜ਼ਾਂ ਹੁੰਦੀਆਂ ਬੰਦੇ 5-7 ਹੈਗੇ ਵਧੀਆ ਜਿਹੜੇ ਹੈਗੇ ਮੈਂ ਅਨੁਸਾਰ ਹੋਰ ਵੀ ਬਹੁਤ ਸਪੋਰਟ ਕੀਤੀ ਆਪਣੀ ਬੰਦਿਆਂ ਨੇ ਪਤਾ ਹੀ ਹੈ ਤੁਹਾਨੂੰ ਪਰ ਹੁਣ ਤੇਰੀ ਇੱਕ ਉਦਾਹਰਨ ਇਹ ਬਣ ਗਈ ਕਿ ਲੋਕੀ ਕਹਿੰਦੇ ਸੀ ਕਿ ਜੇ ਸਾਡਾ ਪੁਆਇੰਟ ਉਂਗਲ ਖੜੀ ਹੋਵੇ ਤਾਂ ਉਹਦੇ ਬੰਦੇ ਪੁੱਛਦੇ ਆ ਜਦੋਂ ਗੁਰਜੀਤ ਉਧਰ ਪੁਆਇੰਟ ਨਹੀਂ ਲੈਂਦਾ ਸੀ ਤਾਂ ਉਦੋਂ ਵੱਧ ਮਿਲੇ ਉਦੋਂ ਵੱਧ ਮਿਲੇ ਹਾਂ ਇਹ 'ਚ ਕੋਈ ਇਹਦਾ ਕਾਰਨ ਕੀ ਮੰਨਦਾ ਤੁਸੀਂ ਤੁਹਾਡੀ ਅੱਛਾ ਕਾਰਨ ਇਹੀ ਮੰਨਦਾ ਵੀ ਜਿੱਦਾਂ ਜਿੱਦਾਂ ਖੇਡਿਆ ਨਿਰਮਤ ਨਾਲ ਖੇਡਿਆ ਕਿਸੇ ਨਾਲ ਵੈਰ ਵਿਰੋਧ ਨਹੀਂ ਪਾਇਆ ਕੋਈ ਰੈਫਰੀ ਕੋਈ ਟੀਮ ਜੇ ਕਿਸੇ ਨੂੰ ਬੰਦੇ ਨੇ ਆਪਾਂ ਨੂੰ ਇੱਕ ਕਦਮ ਤੁਰਦਾ ਸੀ ਮੈਂ ਉਹਦੇ ਨਾਲ 5 ਤੁਰਦਾ ਸੀ ਜੇ ਕਿਸੇ ਨੂੰ ਲੋੜ ਹੁੰਦੀ ਸੀ ਜੇ 10 ਦੀ ਲੋੜ ਆ ਉਹਦੀ 20 ਦੀ ਲੋੜ ਪੂਰੀ ਕਰਨੀ ਅਤੇ ਉਦੋਂ ਜਦੋਂ ਆਪਣੇ ਕੋਲ ਸੀਗਾ ਸਾਰਾ ਕੁਛ ਆਪਾਂ ਹਰੇਕ ਦੀ ਮਦਦ ਲਈ ਖੜੇ ਹਾਂ ਯਾਰ ਅਤੇ ਉਹਦਾ ਜਿਹੜਾ ਆਪਾਂ ਨੂੰ ਫਲ ਹੁਣ ਮਿਲਿਆ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਅਤੇ ਬੰਦਾ ਕਹਿ ਦਿੰਦਾ ਨਾ ਫਲ ਕਦੇ ਲੇਟ ਜ਼ਰੂਰ ਮਿਲ ਜਾਂਦਾ ਥੋੜ੍ਹਾ ਖਾਣਾ ਮਿਲਦਾ ਜ਼ਰੂਰ ਆ ਅਤੇ ਪਰਮਾਤਮਾ ਨੇ ਆਪਾਂ ਨੂੰ ਮਿਲ ਗਿਆ ਉਹ ਵਧੀਆ ਉਹ ਜਿਹੜਾ ਉਦੋਂ ਵੰਡਿਆ ਸੀ ਉਹ ਦੁੱਗਣਾ ਹੋ ਕੇ ਮਿਲ ਗਿਆ ਦੁੱਗਣਾ ਹੋ ਗਿਆ ਹਾਂ ਦੁੱਗਣਾ ਹੋ ਗਿਆ ਉਹੀ ਆ ਗਿਆ ਥੱਪੜ ਮਾਰ ਕੇ ਖੋਣ ਵਾਲੀ ਅਤੇ ਛੱਪੜ ਪਾ ਕੇ ਦੇਣ ਵਾਲੀ ਗੱਲ ਹੋ ਗਈ ਬਸ ਪਰਮਾਤਮਾ ਦੀ ਉਹ ਵਿੱਚੋਂ ਕੋਈ ਗਲਤੀਆਂ ਲਾ ਲਾ ਉਹਦਾ ਥੱਪੜ ਮਾਰ ਕੇ ਵਾਲੇ ਨੇ ਖੋਲਿਆ ਜਦੋਂ ਸਹੀ ਨੇ ਤਾਂ ਨਹੀਂ ਤਈ ਉਹਨੇ ਫਿਰ ਛੱਪੜ ਪਾਰ ਕੇ ਦੇਤਾ ਵਿਚਾਰੇ ਨੇ ਕਰਨ ਵਾਲੇ ਜੇ ਬਾਈ ਆਪਾਂ ਸਕਾਰਪੀਓ ਕਾਰ ਵਾਪਸ ਲੈ ਗਏ ਕਿਸੇ ਕੋਲ ਤਾਂ ਹੋਊਗੀ ਤਾਂ ਆਪਾਂ ਅਨਾਊਂਸਮੈਂਟ ਕੀਤੀ ਲੱਭੀ ਸੀ ਤੇ ਆਈ ਨਹੀਂ ਹੈ ਉਹ ਤਾਂ ਪੁਰਾਣੀ ਕੀ ਪਤਾ ਵਿਚਾਰਿਆਂ ਨੇ ਕਿੱਥੇ ਸੜਤੀ ਹੋਣੀ ਆ ਮਾਡਲ ਵੀ ਬਹੁਤ ਪੁਰਾਣਾ ਜਦੋਂ ਉਹ ਵਿਕੀ ਸਾਲੀ ਉੱਥੇ ਤਾਂ ਲੰਬੀ ਸੱਟ ਵੱਜੀ ਹਨਾ ਉਹਦੀ ਹਾਂ ਨਾਲ ਦੀ ਨਾਲ ਹੀ ਇੱਕ ਮਿੰਟ ਦੇ ਵਿੱਚ ਹਨਾ ਰੋਤਾ ਟੁੱਟ ਗਿਆ
ਹੁਣ ਤੱਕ ਨਹੀਂ ਆ ਕਿ ਸੱਟਾਂ ਸੱਟਾਂ ਖਾ ਚੁੱਕੇ ਹੋ ਤੁਸੀਂ ਕਬੱਡੀ ਖੇਡਦੇ ਖੇਡਦੇ ਸੱਤ ਬਰੇਹ ਨਾ ਯਾਰ ਅੱਛਾ ਦੋਵੇਂ ਗੋਡੇ ਗਿੱਟੇ ਮੋਢਾ ਫਿਰ ਉਹ ਅੰਗੂਠਾ ਹੋ ਗਿਆ ਫਿਰ ਪੱਟ ਇੱਥੇ ਟੁੱਟ ਗਿਆ ਸੀਗਾ ਪੱਟ ਦਾ ਸੱਟਾਂ ਬਹੁਤ ਹੋ ਗਈਆਂ ਜਿਹੜਾ ਲੰਗ ਆ ਉਹ ਆਪਾਂ ਲੰਗ ਕਿਵੇਂ ਹੋ ਸਕਦਾ ਸੈੱਟ ਉਹ ਲੰਘ ਉਹ ਕਈ ਵਾਰੀ ਤਾਂ ਸਾਡਾ ਗੋਡੇ ਦੀ ਸੋਜ ਪੈ ਜਾਂਦੀ ਨਾ ਜਦੋਂ ਕਿਤੇ ਲੋਡ ਪੈਂਦਾ ਹੈ ਕਿਤੇ ਕੰਮ ਕੁੰਮ ਕਰਨ ਲੱਗ ਜਾਂਦੇ ਉਦੋਂ ਸੋਜ ਪੈ ਜਾਂਦੀ ਗੋਡੇ ਤੋਂ ਲੰਘ ਹੋ ਜਾਂਦਾ ਕਈ ਵਾਰੀ ਛੁੱਟ ਜਾਂਦਾ ਲੰਘੂ ਆਪ ਹੀ ਉਹ ਜਦੋਂ ਸੋਜ ਲੈ ਜਾਂਦੀ ਉਹ ਛੁੱਟ ਜਾਂਦਾ ਬਾਕੀ ਹੁਣ ਥੋੜ੍ਹਾ ਜਿਹਾ ਇਹ ਹੈ ਵੀ ਉਹ ਡਾਕਟਰਾਂ ਦੀ ਗੋਡਾ ਬਦਲਣ ਦੀ ਹਿਸਾਬ ਨਾਲ ਮੈਂ ਥੋੜ੍ਹੀ ਜਿਹੀ ਉੱਨੀ ਕੁ ਕੇਅਰ ਜੀ ਹੁਣ ਉਹ ਤਾਂ ਬਚ ਬਚਾ ਕੇ ਜੀ ਚੱਲੀ ਜਾਂਦਾ ਯਾਰ ਕਿੰਨਾ ਚਲਾ ਕੇ ਜਿੰਨਾ ਚੱਲਦਾ ਨਾ ਉਹ ਜਿਹੜਾ ਪੌਣ ਪੌਣ ਵਾਲਾ ਕੰਮ ਤਾਂ ਲਾਸਟ ਵਾਲਾ ਹੁੰਦਾ ਯਾਰ ਉਹਦਾ ਪਤਾ ਹੀ ਜਦੋਂ ਮਰਜ਼ੀ ਪਵਾ ਲਈਏ ਅਤੇ ਹੁਣ ਮੈਂ ਤਾਂ ਹੀ ਜਾਣਾ ਵੀ ਜਿੰਦਰ ਚੱਲਦਾ ਚੱਲ ਚਲਾਓ ਨਹੀਂ ਜੇ ਆਪਾਂ ਖੇਡਣਾ ਹੋਵੇ ਉਹ ਦੁਬਾਰਾ ਸ਼ੁਰੂਆਤ ਕਰਨੀ ਹੋਵੇ ਕਬੱਡੀ ਦੀ ਉਹ ਗੋਡਾ ਚੇਂਜ ਕਰਨ ਦੀ ਲੋੜ ਹੈ ਆਪਾਂ ਨੂੰ ਕੀ ਪਤਾ ਹੁਣ ਮੁੜ ਕੇ ਐਂ ਡਾਕਟਰ ਬਹੁਤ ਜ਼ਿਆਦਾ ਕਰੀ ਜਾਂਦੇ ਆ ਜਿਵੇਂ ਵੀ ਫਿੱਟ ਵੀ ਕਰੀ ਜਾਂਦੇ ਆ ਫਿਰ ਬੰਦਾ ਉਸ ਹਿਸਾਬ ਨਾਲ ਟ੍ਰੀਟਮੈਂਟ ਕਰ ਲੈਂਦਾ ਫਿੱਟ ਵੀ ਹੋ ਸਕਦਾ ਕੋਈ ਖਰਚਾ ਖੁਰਚਾ ਕੀ ਹੋਊਗਾ ਉਹਦਾ ਤੇਰੇ ਨਜ਼ਰਾਂ ਖਰਚਾ ਤਾਂ ਯਾਰ ਮਿਲਿਆ ਨੂੰ ਐਵੇਂ ਤੈਨੂੰ ਕਹਿ ਦਈਏ 50-60 ਹਜ਼ਾਰ ਥੱਲੇ ਤਾਂ ਹੋਣਾ ਨਹੀਂ ਡਾਕਟਰ ਕੋਈ ਨਹੀਂ ਮੰਗਦਾ ਕਿਸੇ ਨੂੰ ਵੀ ਕਰਦਾ ਜਿਹੜਾ ਇੰਨਾ ਤਾਂ ਪੈ ਹੀ ਜਾਂਦਾ ਉਹ ਬਾਕੀ ਖਰਚੇ ਦੀ ਤਾਂ ਨਹੀਂ ਕੋਈ ਗੱਲ ਜੇ ਸੈੱਟ ਹੋ ਗਏ ਖੇਡਣ ਵਾਲਾ ਕੰਮ ਹੋ ਵੀ ਗਿਆ ਫਿਰ ਤਾਂ ਮੈਨੂੰ ਇੰਨਾ ਕੁ ਲੋਕਾਂ ਦੇ ਬਾਹਰਲਿਆਂ ਅਤੇ ਹੋਰ ਤੇ ਮਾਣ ਆ ਗੋਡਿਆਂ ਗੋਡਿਆਂ ਦੇ ਵੀ ਉਹ ਸਾਰਾ ਸਰੀਰ ਹੀ ਨਵਾਂ ਬਣਾ ਦੇਣਗੇ ਵਿਚਾਰੇ ਜਿਨ੍ਹਾਂ ਨੂੰ ਪਿਆਰ ਆ ਨਾ ਆਪਣੇ ਦੇਹਾਂ ਹਮਦਰਦੀ ਆ ਵਿਚਾਰੇ ਉਹ ਤਾਂ ਦੇਹ ਤੈਰ ਦਾ ਵਿਚਾਰਿਆਂ 'ਤੇ ਵਿਸ਼ਵਾਸ ਹੈ ਪਰ ਅਸੀਂ ਤੁਹਾਨੂੰ ਖੇਡਣਾ ਮੈਂ ਨਾ ਬਾਈ ਯਾਰ ਮੈਨੂੰ ਕਈ ਬੰਦੇ ਪੁੱਛ ਜਾਂਦੇ ਵੀ ਤੇਰਾ ਫੇਵਰੇਟ ਰੇਡਰ ਕਿਹੜਾ ਹੈ ਆਪਾਂ ਨੋਇਕੋ ਝੋਕ ਵੀ ਹੋ ਗਈ ਸੀ ਵਿੱਚ ਆਪਣੀ ਹੈ ਨਾ ਉਹ ਕੁਛ ਕੁ ਬੰਦਿਆਂ ਕਰਕੇ ਉਦੋਂ ਮੈਨੂੰ ਕਿਸੇ ਨੇ ਪੁੱਛਿਆ ਵੀ ਕਹਿੰਦਾ ਫੇਵਰੇਟ ਮੈਂ ਕਿਹਾ ਭਾਵੇਂ ਮੇਰੀ ਬਣੇ ਜਾਂ ਨਾ ਬਣੇ ਪਰ ਫੇਵਰੇਟ ਰੇਡਰ ਮੇਰਾ ਤੂਤਾ ਲੱਗ ਜੀਤ ਹੀ ਆ ਬਾਈ ਯਾਰ ਭੈਣ ਥਾਪੀ ਮਾਰ ਕੇ ਉਂਗਲ ਖੜੀ ਹੈ ਮੈਂ ਤਾਂ ਇਹਨਾਂ ਲੋਕਾਂ ਨੂੰ ਮਰਦਿਆਂ ਵੇਖਿਆ ਜਦੋਂ ਜੱਫਾ ਲੱਗਦਾ ਸੀ ਹੈ ਨਾ ਤੇ ਲੋਕ ਰੋਏ ਹੋਏ ਆਪਾਂ ਤਾਂ ਗੁੱਸਾ ਕਰਦੇ ਸੀ ਆਪਣੇ ਆਪ ਤੇ ਰੱਬ ਤੇ ਬਹੁਤ ਹੁੰਦਾ ਸੀ ਪਰ ਹੁਣ ਨਹੀਂ ਹੈ ਹੁਣ ਲੋਕ ਝਾਂਗਰਾ ਮਾਰਦੇ ਨੇ ਯਾਰ ਇੱਕ ਨਾ ਚੀਜ਼ ਆ ਅੱਗੇ ਮੈਂ ਗੱਲਾਂ ਕਰਦਾ ਨਾ ਕੁਲਫੀ 'ਚ ਚਲੋ ਪੈਸਾ ਆ ਗਿਆ ਪੈਸਾ ਚਾਹੀਦਾ ਵੀ ਯਾਰ ਹੁਣ ਪਤਾ ਲੱਗਦਾ ਵੀ ਕਬੱਡੀ ਜਿੰਨਾ ਚਿਰ ਬੰਦਾ ਖੇਡਦਾ ਉਨਾ ਚਿਰ ਹੀ ਹੈ ਨਾ ਬਾਅਦ 'ਚ ਉਹਦੀ ਕੋਈ ਪੁੱਛ ਗਿੱਛ ਕੋਈ ਸੁਣਵਾਈ ਕੋਈ ਸਰਕਾਰੀ ਜੋਬ ਕੋਈ ਸਹੂਲਤ ਨਹੀਂ ਹੈ ਨਾ ਪੈਸਾ ਮਿਲਣਾ ਵੀ ਚਾਹੀਦਾ ਬਹੁਤ ਹੁਣ ਨਿਰਾਪੁਰ ਨਾ ਪੈਸੇ 'ਤੇ ਹੋ ਗਿਆ ਹੁਣ ਇੱਜ਼ਤ ਵਾਲਾ ਕੰਮ ਜਿਹਾ ਰਹਿ ਨਹੀਂ ਗਿਆ ਅੱਗੇ ਸਾਰਾ ਨਾ ਜੇ ਲੋਕ ਜਿਵੇਂ ਪਿੰਡ 'ਤੇ ਜਾਣਾ ਮਗਰ ਪਿੰਡਾਂ ਵਾਲੇ ਵੀ ਇੱਜ਼ਤ 'ਤੇ ਮਾਰੀ ਨਹੀਂ ਯਾਰ ਸਾਡਾ ਇਹ ਸਾਡਾ ਆਪਸ ਵਿੱਚ ਦੂਜਿਆਂ ਨਾਲ ਲੜਨ ਤੱਕ ਜਾਂਦੇ ਸੀ ਵੀ ਯਾਰ ਸਾਡੇ ਪਿੰਡ ਦਾ ਇਹ ਸਾਡੇ ਇਲਾਕੇ ਦਾ ਯਾਰ ਆਏ ਆ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਅਤੇ ਅੱਗੇ ਫਿਰ ਜਦੋਂ ਜਾਣਾ ਕਿਤੇ ਆਸੇ ਪਾਸੇ ਦੇ ਲੋਕਾਂ ਨੂੰ ਪਤਾ ਲੱਗ ਜਾਣਾ ਯਾਰ ਅੱਜ ਗਜੀਤ ਰਾਣੇ ਇੱਥੇ ਖੇਡਣਾ ਜਿਵੇਂ ਮੈਂ ਸਹੀ ਦੋ ਖੇਡਦੇ ਸਹੀ ਦੋ ਲੋਕਾਂ ਨੇ ਆਪਦੇ ਕੰਮ ਛੱਡ ਕੇ ਘੜੁੱਕੇ ਘੜੁੱਕੇ ਦੇ ਵਾਲੇ ਹੁੰਦੇ ਸੀ ਘੜੁੱਕੇ ਟਰਾਲੀਆਂ ਟਿਕਟਾਂ 'ਤੇ ਜਾਣਾ ਯਾਰ ਹੁਣ ਕੋਈ ਜਾਂਦਾ ਨਹੀਂ ਮਗਰ ਕਣੀ ਤਾਂ ਨਿੱਟਾਂ ਨੁੱਟਾਂ ਦਾ ਕਰਕੇ ਲਾ ਲਓ ਉਵੇਂ ਵੇਖ ਲੈਂਦੇ ਆ ਹੁਣ ਉਹ ਗੱਲਾਂ ਰਹਿ ਨਹੀਂ ਇੱਕ ਗੱਲ ਇਹ ਹੈ ਨਾ ਬਾਈ ਤੈਨੂੰ ਯਾਦ ਆ ਜਦੋਂ ਆਪਾਂ ਕਿਹੜੇ ਬੱਚੇ ਇੱਧਰ ਸੀਗਾ ਮੋਗੇ ਏਰੀਆ ਨੇ ਮੈਚ ਸੀਗਾ ਅਤੇ ਆਪ ਤੁਹਾਡੇ ਅਸੀਂ ਰੋਟੀ ਲੈ ਕੇ ਆਏ ਸੀ ਅਤੇ ਆਪਾਂ ਰੋਟੀ ਦੂਜੇ ਘਰ ਜਾ ਕੇ ਖਾ ਲਈ ਸੀ ਅਤੇ ਉਹ ਬੰਦੇ ਨੇ ਆਪਾਂ ਰੋਟੀਆਂ ਫੜਾਈਆਂ ਸੀ ਵੀ ਅਸੀਂ ਆਖਿਆ ਭਰਾਵਾ ਸਾਨੂੰ ਗੁੱਸੇ ਨਾ ਹੋ ਅਤੇ ਆਪਾਂ ਮਤਲਬ ਰਜਾਰ ਜਾ ਕੇ ਕਹਿੰਦੇ ਨੇ ਮਾਰ ਦੇਣ ਵਾਲੀ ਗੱਲ ਤਾਂ ਆਪਾਂ ਰੋਟੀਆਂ ਲੈ ਕੇ ਆਏ ਸੀ ਕਾਰ 'ਚ ਰੱਖ ਕੇ ਵੀ ਤੁਹਾਡੀਆਂ ਘਰੇ ਜਾ ਕੇ ਖਾਵਾਂਗੇ ਅਤੇ ਆਪਾਂ ਰਾਤ ਨੂੰ ਆ ਕੇ ਇੱਥੇ ਖਾਧੀਆਂ ਸੀ ਰੋਟੀਆਂ ਵੀ ਉਹਨਾਂ ਨੇ ਆਪਣੇ ਪਿਆਰ ਨਾਲ ਦਿੱਤੀਆਂ ਡੱਬੇ ਡੁੱਬੇ ਵੀ ਮੈਂ ਆਪਾਂ ਨੂੰ ਦੇਤੇ ਸਾਰੇ ਉਹਨਾਂ ਨੇ ਪਰ ਹੁਣ ਨਹੀਂ ਉਦੋਂ ਰੋਸਾ ਇਹ ਸੀ ਕਿ ਸਾਡੇ ਰੋਟੀ ਨਹੀਂ ਖਾ ਕੇ ਗਿਆ ਰੋਟੀ ਨਹੀਂ ਖਾ ਕੇ ਗਿਆ ਬਸ ਹਾਂ ਹੁਣ ਰੋਟੀ ਤਾਂ ਪਹਿਲੀ ਗੱਲ ਤਾਂ ਸਾਦਾ ਹੀ ਨਹੀਂ ਕੋਈ ਹੈ ਹੈਂ ਅਤੇ ਬਾਕੀ ਜਾਂਦੇ ਵੀ ਨਹੀਂ ਹੁਣ ਮੈਨੂੰ ਲੱਗਦਾ ਉਹ ਪਿਆਰ ਦੇ ਮੁਤਾਬਕ ਅੱਗੇ ਤਾਂ ਯਾਰ ਇਹ ਤੂੰ ਦੇਖ ਲਾ ਵੀ ਅੱਗੇ ਜੇ ਕਿਸੇ ਨੇ ਇੱਜ਼ਤ ਮਾਨ ਨਾਲ ਸੱਦਣਾ ਵੀ ਅੱਗੇ ਕੌਣ ਕਿਸੇ ਤੋਂ ਪੈਸਾ ਮੰਗਦਾ ਸੀ ਪਲੇਅਰ ਯਾਰ ਹੈ ਨਾ ਅਤੇ ਚਲੋ ਜੀ ਖੇਡਦੇ ਹਾਂ ਕੋਈ ਨਹੀਂ ਅਤੇ ਹੁਣ ਜੇ ਮਹਿੰਗਾਈ ਦੇ ਹਿਸਾਬ ਨਾਲ ਮੰਗਣਾ ਚਾਹੀਦਾ ਹੱਕ ਹੈਗਾ ਆਪਦਾ ਉਨਾ ਪਰ ਕਿਸੇ ਹੱਦ ਤੱਕ ਨਾ ਮੇਰੇ ਆ ਜਿਵੇਂ ਹੁਣ ਵੀਰ ਦਾ ਵਿਚਾਰੇ ਦਾ ਹਿੱਪੜ ਹੋਇਆ ਕਿਤੇ ਹੱਦ ਤੱਕ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਕਬੱਡੀ 'ਚ ਬਾਹਲਾ ਇਹ ਚੀਜ਼ਾਂ ਆਉਣ ਕਰਕੇ ਨਾ ਇਹ ਚੀਜ਼ ਦਾ ਕਾਰਨ ਬਣੀ ਆ ਵੀ ਸੰਦੀਪ ਨੇ ਹਾਂ ਵੀ ਆਹ ਚੀਜ਼ ਨਾ ਜ਼ਿਆਦਾ ਪੈਸਾ ਆਉਣ ਕਰਕੇ ਮੈਨੂੰ ਲੱਗਦਾ ਇਹ ਕਾਰਨ ਬਣਿਆ ਅਤੇ ਬਾਕੀ ਪਰਮਾਤਮਾ ਨੂੰ ਪਤਾ ਚਾਹੇ ਉਹਨੂੰ ਪਤਾ ਚਾਹੇ ਜਿਹਨਾਂ ਨੇ ਕੀਤਾ ਬਈ ਉਹਨਾਂ ਨੂੰ ਪਤਾ ਕੀ ਦੀ ਗਲਤੀ ਆ ਕੀ ਨਹੀਂ ਹੈ ਨਾ ਆਪਾਂ ਤਾਂ ਗੱਲਾਂ ਹੀ ਜਿਵੇਂ ਮਤਲਬ ਮੂੰਹ ਆਉਂਦੀਆਂ ਗੱਲਾਂ ਆਪਾਂ ਤਾਂ ਗੱਲਾਂ ਹੀ ਕਰ ਸਕਦੇ ਹਾਂ ਕਿਉਂਕਿ ਗਲਤ ਗੱਲ ਪਰ ਬੱਚਿਆਂ ਦੇ ਮੂੰਹ ਵੱਲ ਵੇਖ ਕੇ ਲੱਗਦਾ ਮਾਂ ਪਿਓ ਵਰਗਾ ਲੱਗਦਾ ਅਤੇ ਘਰ ਵਾਲੀ ਵਿਚਾਰੀ ਉਹਨਾਂ ਨੂੰ ਪਤੀ ਨਹੀਂ ਲੱਭਣਾ ਪੁੱਤ ਨਹੀਂ ਲੱਭਣਾ ਪਿਓ ਨਹੀਂ ਲੱਭਣਾ ਹੈ ਨਾ ਉਹ ਚੀਜ਼ਾਂ ਗਲਤ ਹੁੰਦੀਆਂ ਨਾਲੇ ਬਾਈ ਯਾਰ ਦੁਨੀਆਂ 'ਤੇ ਐਸਾ ਜੇ ਤੁਹਾਡੀ ਦੁਸ਼ਮਣੀ ਸੀ ਪਹਿਲੇ ਤਾਂ ਲੜਨਾ ਹੀ ਨਹੀਂ ਚਾਹੀਦਾ ਰਾਜੀਨਾਮਾ ਕਰੋ ਜੇ ਮੈਨੂੰ ਲੱਤ 'ਚ ਗੋਲੀ ਮਾਰ ਦਿੰਦੇ ਯਾਰ ਸਾਰੇ ਕਹਿੰਦੇ ਲੱਤ ਬਾਂਹ ਭੰਨ ਦਿੰਦੇ ਹੁਣ ਰੌਲਾ ਉਹੀ ਹੈ ਨਾ ਜਿਵੇਂ ਆਪਾਂ ਸੰਦੀਪ ਨੇ ਚਲੋ ਠੀਕ ਆ ਖੇਡਿਆ ਵੀ ਹੈ ਵਧੀਆ ਪਾਏ ਵੀ ਹੈ ਵਧੀਆ ਪੂਰਾ ਟੌਪ 'ਤੇ ਪਰ ਪਲੇਅਰਾਂ ਦਾ ਹੱਕ ਬਹੁਤ ਦਵਾਇਆ ਯਾਰ ਉਹਨੇ ਜਿਵੇਂ ਨਵੇਂ ਪਲੇਅਰਾਂ ਨੂੰ ਤਿਆਰ ਕਰਕੇ ਬਾਹਰ ਘੱਲਿਆ ਹੋਰ ਇੱਦਾਂ ਹੈ ਨਾ ਪਲੇਅਰਾਂ ਨੇ ਬਹੁਤ ਕੀਤਾ ਉਹਨੇ ਐਵੇਂ ਕਹਿ ਦਈਏ ਆਪਾਂ ਅਤੇ ਉਹ ਕਿਸੇ ਹੱਦ ਤੱਕ ਜਿਵੇਂ ਕਿਸੇ ਦਾ ਸ਼ਾਇਦ ਆਪਦੇ ਸਿਰ 'ਤੇ ਲੋਡ ਪਵਾ ਲਿਆ ਵੀ ਉਹਨੇ ਕੋਈ ਪਤਾ ਨਹੀਂ ਵੀ ਕੋਈ ਪਲੇਅਰਾਂ ਨੂੰ ਕਿਸੇ ਨਾਲ ਪੈਰ ਟੱਕ ਦੀ ਗੱਲ ਹੋਵੇ ਉੱਧਰ ਨਾ ਖੇਡਾ ਹੋਵੇ ਇੱਧਰ ਖੇਡ ਲਵੇ ਉਹਦੇ ਚੱਕਰ 'ਚ ਵਿਚਾਰੇ ਨੂੰ ਆਪ ਘਾਟਾ ਪੈ ਗਿਆ ਕੀ ਪਤਾ ਲੱਗਦਾ ਆਪਾਂ ਨੂੰ ਇਹ ਚੀਜ਼ਾਂ
ਮੁੰਡਾ ਗੁਰਸ਼ਰਨ ਬਿਗਲਾ ਉਹ ਮੈਂ ਆਪਾਂ ਹੈਲਪ ਜੀ ਕਰਾਈ ਸੀ ਤੇ ਜਿਹੜਾ ਵੀਡੀਓ ਵਾਇਰਲ ਨਹੀਂ ਹੋ ਰਿਹਾ ਜਿਹੜਾ ਜਿਹ 'ਚੋਂ ਗੋਲੀਆਂ ਮਾਰ ਰਹੇ ਦੋ ਦੂਰੋਂ ਵੇਖੇ ਤੂੰ ਵੇਖਣਾ ਸਾਇਦ ਉਹ ਉਹਦੇ ਮੋਬਾਈਲ 'ਚ ਬਣਿਆ ਹੋਇਆ ਅੱਛਾ ਹਾਂ ਉੱਥੇ ਸੀ ਉਹ ਉੱਥੇ ਸੀ ਤੇ ਕਹਿੰਦਾ ਬਾਈ ਕਹਿੰਦਾ ਗੱਲ ਕੀ ਹੋਈ ਜਦੋਂ ਕਹਿੰਦਾ ਤੇ ਗੋਲੀਆਂ ਵੱਜੀਆਂ ਨਾ ਬਾਈ ਕਹਿੰਦਾ ਮੈਂ ਵੀਡੀਓ ਬਣਾਈ ਜਾਂਦਾ ਕਹਿੰਦਾ ਮੈਂ ਕਹਿੰਦਾ ਬੇਵਕੂਫ ਹਾਂ ਵੀ ਮੇਰੀ ਵੀ ਠੋਕ ਸਕਦੇ ਸੀ ਉਹ ਹੈ ਨਾ ਮੈਂ ਵੀਡੀਓ ਬਣਾਈ ਜਾਂਦਾ ਅਤੇ ਕਹਿੰਦਾ ਵੀ ਉੱਥੇ ਕੋਈ ਪਲੇਅਰ ਨਹੀਂ ਆਇਆ ਬਿਨਾਂ ਇੰਦਰਪਾਲ ਬਾਜਵੇ ਤੋਂ ਉਹਦੇ ਗੋਲੀਆਂ ਵੱਜੀਆਂ ਸਾਰੇ ਭੱਜ ਗਏ ਹੈ ਨਾ ਅਤੇ ਇੱਕ ਤਾਂ ਪਲੇਅਰ ਕਹਿੰਦਾ ਹੋਰ ਸੀ ਨਾਲ ਯਾਰ ਤਾਂ ਜੇ ਆਪਾਂ ਦੇਖਿਆ ਜਾਵੇ ਮੈਂ ਤਾਂ ਇੱਕ ਗੱਲ ਚੀਜ਼ ਨੋਟ ਕਰਦਾ ਸੀ ਜਿਵੇਂ ਗੋਲੀ ਚੱਲੀ ਆ ਜੇ ਸਾਰਾ ਮੁਲਕ ਉੱਥੇ ਉਹਨਾਂ ਨੂੰ ਪੈ ਜਾਂਦਾ ਅਤੇ ਕਿੰਨਾ ਕਿਤੇ ਗੋਲੀ ਵੱਜ ਸਕਦੀ ਸੀ ਉਹਨਾਂ ਕੋਲ ਉਹਨਾਂ ਨੇ ਭਾਅ ਜੀ ਕੀਤੇ ਆ ਕਾਰਤੂਸ 50-60 ਤੇ 50 ਬੰਦੇ ਨੂੰ ਠੋਕ ਦੇਣੇ ਸੀ ਭਾਅ ਜੀ ਮੰਨ ਜਾਓ ਮੇਰੀ ਗੱਲ ਉਹ ਨਹੀਂ ਪਰ ਮੈਨੂੰ ਨਾਲ ਖੜਦਿਆਂ ਖੜਦਾ ਨਹੀਂ ਕੋਈ ਖੜਦਾ ਨਹੀਂ ਆਹੀ ਤਾਂ ਚੀਜ਼ ਆ ਗਈ ਨਾ ਉੱਥੇ ਜੋ ਚੱਲੀ ਸਾਰੇ ਪਹਿਲਾਂ ਆਪਦੀ ਆਪਦੀ ਜਾਨ ਬਚਾ ਕੇ ਭੱਜੇ ਆ ਬਾਅਦ 'ਚ ਉਹ ਤਾਂ ਦੇਖਿਆ ਉਹਨੂੰ ਕੀ ਹੋਇਆ ਕਿਹਦੇ ਵੱਜੀ ਆ ਉਹਨਾਂ ਨੇ ਹੋਰ ਆ ਜੇ ਆਪਾਂ ਉਹ ਚੀਜ਼ ਨੂੰ ਵੇਖਣੇ ਆ ਉਹਨਾਂ ਨੇ ਇਸ ਹਿਸਾਬ ਨਾਲ ਕਿਵੇਂ ਮਾਹੌਲ ਬਣਾਇਆ ਉਹਨਾਂ ਨੇ ਕਿਸੇ ਨੂੰ ਨੁਕਸਾਨ ਹੀ ਨਹੀਂ ਪਹੁੰਚਾਇਆ ਦੂਜੇ ਬੰਦੇ ਨੂੰ ਇਹ ਤੂੰ ਦੇਖ ਲਾ ਹਾਂ ਇਹ ਵੀ ਉਹਨਾਂ ਦਾ ਪਲੱਸ ਪੁਆਇੰਟ ਹੈ ਇਹ ਉਹਨੂੰ ਹਾਂ ਵੀ ਉਹਨੂੰ ਪਾਸੇ ਇਕੱਲੇ ਨੂੰ ਕਰਕੇ ਇਕੱਲੇ ਨੂੰ ਕੀ ਪਤਾ ਕੀ ਉਹਨਾਂ ਦੀ ਦੁਸ਼ਮਣੀ ਆ ਕੀ ਨਹੀਂ ਆਪਾਂ ਨੂੰ ਨਹੀਂ ਪਤਾ ਪਰ ਉਹਨਾਂ ਨੇ ਹੋਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਤਾਂ ਇੰਨਿਆਂ 'ਚ ਬੰਦਾ ਕਹਿੰਦਾ ਚੱਲ 2-4 ਹੋਰ ਮਰਦੇ ਮਰ ਜਾਣਗੇ ਜੇ ਕੋਈ ਆਪਾਂ ਕਿਤੇ ਹੁਣ ਲੜਾਈ ਹੈ ਜੋ ਗੋਲੀਆਂ ਚਲਾ ਦਿੰਦੇ ਹਾਂ ਲਾਂਦਾ ਚੱਲ 2 ਮਰਦੇ ਮਰ ਜਾਂਦੇ ਯਾਰ ਜਿਵੇਂ ਉਹੋ ਜਿਹੀ ਆਪਾਂ ਹਿਸਾਬ ਵੇਖੀਏ ਉਹਨਾਂ ਨੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਜੇ ਦਹਿਸ਼ਤ ਪਾਉਣੀ ਹੁੰਦੀ ਜਿਵੇਂ ਲੁੱਧਰ ਕੋਲੇ ਸੀ ਉਹਨੂੰ ਵੀ ਠੋਕ ਕੇ ਦਹਿਸ਼ਤ ਪਾ ਸਕਦੇ ਸੀ ਕਰ ਸਕਦੇ ਸੀ ਯਾਨੀ ਕਿ ਉਹਨਾਂ ਨੇ ਉਹ ਚੀਜ਼ ਦਾ ਨਹੀਂ ਨਾ ਕੀਤਾ ਬਾਕੀ ਯਾਰ ਇੰਨੇ ਮੁਲਕ 'ਚ ਇੰਨਾ ਦਿਲ ਕੱਢਣਾ ਵੀ ਸਾਰਾ ਬਹੁਤ ਔਖਾ ਪਤਾ ਨਹੀਂ ਕੀ ਹੋਇਆ ਜੇ ਕਿਤੇ ਦਲੇਰੀ ਉਹ ਸਹੀ ਪਾਸੇ ਲਾ ਦਿੰਦੇ ਉਸਤਾਦ ਹੈ ਨਾ ਹੋਰ ਕਿੰਨੇ ਤਕੜੇ ਜਾਫੀ ਰੇਡਰ ਪਾਉਂਦੇ ਸੀ ਉਹ ਜਿਹਨਾਂ ਨੇ ਗੋਲੀਆਂ ਮਾਰ ਕੇ ਦਲੇਰੀ ਤੋਂ ਬਿਨਾਂ ਨਹੀਂ ਹੁੰਦਾ ਕੰਮ ਇਹ ਤਾਂ ਮੰਨਣਾ ਪੈਣਾ ਦਲੇਰੀ ਹੈ ਤੂੰ ਇੰਨੇ ਮੁਲਕ ਦੇ ਵਿੱਚ ਤਾਂ ਤੂੰ ਛੱਡ ਖਾਲੀ ਫਾਇਰ ਕਰਨਾ ਔਖਾ ਹੈ ਬੰਦਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਯਾਰ ਉਹ ਭਟਕ ਗਏ ਥੋੜ੍ਹੇ ਜਿਹੇ ਲੇਕਿਨ ਸਹੀ ਟਿਕਾਣੇ ਆ ਜਾਂਦੇ ਹੈ ਨਾ ਉਹ ਦਲੇਰੀ ਬਹੁਤ ਕੰਮ ਆਉਣੀ ਸੀ ਬਹੁਤ ਜ਼ਿਆਦਾ ਹੋਰ ਦੱਸੋ ਕੋਈ ਸੇਵਾ ਕਰਕੇ ਤੁਹਾਡੀ ਕੋਈ ਚਾਹ ਪਾਣੀ ਦੀ ਚਾਹ ਬਸ ਬਸ ਤੂੰ ਗੱਲਾਂ ਕਰ ਸਾਡੇ ਨਾਲ ਇੰਨਾ ਹੀ ਬਹੁਤ ਹੈ ਹੈ ਉਸਤਾਦ ਹੈ ਗੁਰਜੀਤ ਬਾਈ ਤੇਰਾ ਵੀ ਨੰਗਲ ਅੰਬੀਆਂ ਨਾਲ ਮੈਚ ਪਏ ਆ ਇੱਕ ਮੈਚ ਬਹੁਤ ਵਾਇਰਲ ਹੋਇਆ ਕੋਈ ਥੋੜ੍ਹਾ ਯਾਦਗਾਰੀ ਨੰਗਲ ਅੰਬੀਆਂ ਨਾਲ ਮੈਚ ਜਾਂ ਕੋਈ ਯਾਦ ਹੁੰਦੀ ਹੈਗੇ ਬਾਹਰਲੇ ਮੈਚ ਹੀ ਇੱਧਰ ਤਾਂ ਨਹੀਂ ਇੱਧਰ ਤਾਂ ਮੈਂ ਉਹਦੇ ਨਾਲ ਬਹੁਤ ਘੱਟ ਖੇਡਿਆ ਇੱਕ ਤਾਂ ਮੈਚ ਹੀ ਔਟ ਸ਼ੋਟ ਲੱਗਾ ਹੋਊਗਾ ਅਤੇ ਬਾਹਰ ਤਾਂ ਬਾਹਲੇ ਲੱਗੇ ਹੋ ਗਏ ਹੈਗਾ ਇੱਕ ਮੇਰੇ ਉਦੋਂ ਅੰਗੂਠੇ ਉਂਗਲ 'ਤੇ ਸੱਟ ਵੱਜ ਗਈ ਸੀ ਬਾਹਰ ਉਂਗਲ ਟੁੱਟ ਗਈ ਸੀ ਖੇਡਦਿਆਂ ਮੈਚ ਇੱਧਰਲੇ ਪੈਰ ਦੀ ਆਹ ਅਤੇ ਉਦੋਂ ਇਹਨਾਂ ਨਾਲ ਫਾਈਨਲ ਸੀ ਸਾਡਾ ਅਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਉੱਥੋਂ ਬੈਸਟ ਨਿਕਲੇ ਉਦੋਂ ਫਾਈਨਲ 'ਚੋਂ ਉਵੇਂ ਉਂਗਲ ਟੁੱਟੇ ਦੀ ਕੌਡੀਆਂ ਪਾਈਆਂ ਸਾਰੀਆਂ ਕੋਈ ਹੈ ਨਹੀਂ ਸੀ ਜੱਫਾ ਬਣਾ ਇੱਕ ਤੋਂ ਬੂਟ ਪਾ ਕੇ ਵੀ ਖੇਡਿਆ ਕਿੱਥੇ ਮੈਨੂੰ ਦੱਸ ਇੱਥੇ ਖੇਡਿਆ ਸਾਲ ਖੇਡਿਆ ਇੱਕ ਉੱਥੇ ਆਪਣੇ ਏਰੀਆ 'ਚ ਖੇਡਿਆ ਬੂਟ ਪਾ ਉਹ ਸੀਜ਼ਨ ਦਾ ਬੈਸਟ ਸੀ 2006 ਦੀ ਗੱਲ ਹਾਂ ਸੱਤ ਦੀ ਉੱਥੇ ਸੀਜ਼ ਖੇਡਿਆ ਹੀ ਬੂਟ ਦਾ ਪਾ ਕੇ 6-7 ਦਾ ਬੈਸਟ ਸੀ ਉੱਥੇ ਸੀਜ਼ਨ ਅਤੇ ਥੈਂਕ ਯੂ ਅਤੇ ਅਸੀਂ ਸਾਰੇ ਹੁਣ ਚੱਲ ਰਹੇ ਚਾਚਾ ਲਾਲੀ ਇਹ ਨੈਸ਼ਨਲ ਰਿਕਾਰਡਿਸਟ ਅਤੇ